ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਕਲਾਸ ਦੇ ਨਤੀਜੇ ਐਲਾਨ ਦਿੱਤੇ ਗਏ ਨੇ। ਇਸ ਸਾਲ ਪੰਜਵੀਂ ਦੀ ਪ੍ਰੀਖਿਆ ਦੇ ਵਿੱਚ ਕੁੱਲ 3,6431 ਬੱਚਿਆਂ ਨੇ ਪੇਪਰ ਦਿੱਤੇ, ਜਿਨ੍ਹਾਂ 'ਚੋਂ 3,05,937 ਬੱਚੇ ਪਾਸ ਹੋਏ ਅਤੇ ਕੁੱਲ ਨਤੀਜਾ 99.84% ਰਿਹਾ। ਨਤੀਜਿਆਂ ਦਾ ਪੂਰਾ ਵੇਰਵਾ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਪੰਜਾਬ ਸਕੂਲ ਐਜੂਕੇਸ਼ਨ ਦੀ ਵੈਬਸਾਈਟ 'ਤੇ ਮੁਹੱਈਆ ਹੋਏ। ਦਿੱਲੀ ਦੀ ਰਾਜ ਰੈਵਨਿਊ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜ ਦਿੱਤਾ ਹੈ। ਕੋਰਟ ਨੇ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਨਿਆਇਕ ਹਿਰਾਸਤ 'ਤੇ ਭੇਜਣ ਦੇ ਹੁਕਮ ਦਿੱਤੇ। ਦੂਜੀ ਵਾਰ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਕੇਜਰੀਵਾਲ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੇ ਈਡੀ ਨੇ ਦਲੀਲ ਦਿੱਤੀ ਕਿ ਕੇਜਰੀਵਾਲ ਆਪਣੇ ਮੋਬਾਈਲ ਦਾ ਪਾਸਵਰਡ ਨਹੀਂ ਦੇ ਰਹੇ, ਅਸੀਂ ਬਾਅਦ 'ਚ ਇਹਨਾਂ ਦੀ ਕਸਟਡੀ ਦੀ ਮੰਗ ਕਰਾਂਗੇ। ਕੇਜਰੀਵਾਲ ਨੂੰ 21 ਮਾਰਚ ਨੂੰ ਈਡੀ ਨੇ 2 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ। ਅਰਵਿੰਦ ਕੇਜਰੀਵਾਲ ਤਿਹਾੜ ਦੀ ਜੇਲ੍ਹ ਨੰਬਰ 2 'ਚ ਰਹਿਣਗੇ। ਕੋਰਟ ਨੇ ਜੇਲ੍ਹ ਭੇਜਣ ਤੋਂ ਪਹਿਲਾਂ ਕੇਜਰੀਵਾਲ ਨੂੰ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ, ਮੰਤਰੀ ਆਤਸ਼ੀ ਅਤੇ ਸੌਰਭ ਭਾਰਦਵਾਜ ਨਾਲ ਮਿਲਣ ਦੀ ਇਜਾਜ਼ਤ ਦਿੱਤੀ। ਇਸ ਤੋਂ ਇਲਾਵਾ ਕੇਜਰੀਵਾਲ ਨੇ ਜੇਲ੍ਹ 'ਚ 3 ਕਿਤਾਬਾਂ ਰਾਮਾਇਣ, ਮਹਾਂਭਾਰਤ ਅਤੇ ਹਾਊ ਪ੍ਰਾਈਮ ਮਿਨਿਸਟਰ ਡਿਸਾਈਡ ਦੀ ਮੰਗ ਕੀਤੀ। ਨਾਲ ਹੀ ਕੇਜਰੀਵਾਲ ਨੇ ਮੰਗ ਕੀਤੀ ਕਿ ਜੇਲ੍ਹ 'ਚ ਇੱਕ ਟੇਬਲ ਅਤੇ ਚੇਅਰ ਵੀ ਮੁਹੱਈਆ ਕਰਵਾਈ। ਪਟਿਆਲਾ ਤੋਂ ਸਾਬਕਾ MP ਡਾਕਟਰ ਧਰਮਵੀਰ ਗਾਂਧੀ ਕਾਂਗਰਸ 'ਚ ਸ਼ਾਮਲ ਹੋ ਗਏ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਪੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦਾ ਪਾਰਟੀ ਸਵਾਗਤ ਕੀਤਾ। ਇਸ ਮੌਕੇ ਡਾਕਟਰ ਗਾਂਧੀ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੋਂ ਕਾਫੀ ਪ੍ਰਭਾਵਿਤ ਹਾਂ, ਮੈਂ ਸਹੀ ਦਿਸ਼ਾ ਚੁਣਨ ਲਈ ਕਾਂਗਰਸ 'ਚ ਆਇਆ ਹਾਂ ਅਤੇ ਕਾਂਗਰਸ ਚੋਣਾਂ ਮੇਰੀ ਵੱਡੀ ਖੁਸ਼ੀ ਵਾਲੀ ਗੱਲ ਹੈ। ਡਾਕਟਰ ਗਾਂਧੀ ਨੇ ਆਮ ਆਦਮੀ ਪਾਰਟੀ ਨੂੰ ਆਪਣੇ ਆਦਰਸ਼ਾਂ ਤੋਂ ਪਰੇ ਦੱਸਿਆ। ਇੰਡੀਆ ਗਠਜੋੜ ਤੇ ਪੰਜਾਬ ਭਾਜਪਾ ਵੱਲੋਂ ਤਿੱਖਾ ਸ਼ਬਦੀ ਵਾਰ ਕੀਤਾ ਗਿਆ। ਬੀਜੇਪੀ ਨੇ ਕਿਹਾ ਕਿ ਆਪਣੇ ਸਵਾਰਥ ਲਈ ਇਹ ਸਾਰੇ ਇਕੱਠੇ ਹੋਏ ਨੇ ਅਤੇ ਇਹਨਾਂ ਦਾ ਮਕਸਦ ਮੋਦੀ ਨੂੰ ਬਦਨਾਮ ਕਰਨਾ ਹੈ। ਬੀਜੇਪੀ ਦਾ ਇਲਜ਼ਾਮ ਹੈ ਕਿ ਕੇਜਰੀਵਾਲ ਦੇ ਹੱਕ 'ਚ ਰਾਮਲੀਲਾ ਮੈਦਾਨ 'ਚ ਰੈਲੀ ਕਰਕੇ ਭਾਰਤ ਦੀ ਨਿਆਂਪਾਲਿਕਾ ਦਾ ਅਪਮਾਨ ਕੀਤਾ ਗਿਆ। ਆਪ ਵੱਲੋਂ ਲਗਾਏ ਜਾਂਦੇ ਆਪਰੇਸ਼ਨ ਲੋਟਸ ਦੇ ਇਲਜ਼ਾਮਾਂ 'ਤੇ ਬੋਲਦਿਆਂ ਬੀਜੇਪੀ ਨੇ ਕਿਹਾ ਕਿ ਇਹ ਸਾਰੇ ਇਲਜ਼ਾਮ ਝੂਠੇ ਨੇ। ਹੁਣ ਤਾਂ ਸ਼ੀਤਲ ਅੰਗੁਰਾਲ ਨੇ ਵੀ ਆਪਰੇਸ਼ਨ ਲੋਟਸ ਦਾ ਸੱਚ ਦੱਸ ਦਿੱਤਾ। ਭਾਜਪਾ ਵੱਲੋਂ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਐਲਾਨੇ ਗਏ ਉਮੀਦਵਾਰ ਦਿਨੇਸ਼ ਬੱਬੂ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ, ਜਿਸ ਦੇ ਚੱਲਦਿਆਂ ਦੀਨਾਨਗਰ ਵਿਖੇ ਵਰਕਰਾਂ ਨਾਲ ਪਹਿਲੀ ਮੀਟਿੰਗ ਕੀਤੀ ਗਈ। ਇਸ ਦੌਰਾਨ ਦਿਨੇਸ਼ ਬੱਬੂ ਨੇ ਕਿਹਾ ਕਿ ਉਹ ਦਿਨ ਰਾਤ ਪਾਰਟੀ ਲਈ ਕੰਮ ਕਰਦੇ ਰਹੇ ਨੇ ਅਤੇ ਅੱਗੇ ਵੀ ਕਰਦੇ ਰਹਿਣਗੇ। ਸੀਟ ਜਿੱਤ ਕੇ ਉਹਨਾਂ ਪਾਰਟੀ ਦੀ ਝੋਲੀ ਪਾਉਣ ਦਾ ਦਾਅਵਾ ਕੀਤਾ, ਨਾਲ ਹੀ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਉਹਨਾਂ ਦੇ ਸਾਰੇ ਮਸਲਿਆਂ ਦਾ ਹੱਲ ਕੀਤਾ ਜਾਵੇ। ਕੰਗਣਾ ਰਣੌਤ ਨੇ ਮੰਡੀ ਹਲਕੇ 'ਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਮੰਡੀ 'ਚ ਕਈ ਥਾਵਾਂ 'ਤੇ ਨੁੱਕੜ ਮੀਟਿੰਗਾਂ ਕੰਗਣਾ ਕਰ ਰਹੇ ਨੇ। ਉਹਨਾਂ ਲੋਕਾਂ ਨਾਲ ਖੇਤਰੀ ਭਾਸ਼ਾ 'ਚ ਗੱਲਬਾਤ ਕੀਤੀ ਅਤੇ ਕਿਹਾ ਕਿ ਆਪਣੀ ਬੇਟੀ ਦੀ ਇੱਜ਼ਤ ਰੱਖਣਾ, ਸਾਹਮਣੇ ਵਾਲੇ ਉਮੀਦਵਾਰ ਤੋਂ ਕਿਤੇ ਵੱਧ ਵੋਟਾਂ ਦੇ ਮਾਰਜਨ ਨਾਲ ਜਿਤਾਇਓ। ਨਾਲ ਹੀ ਕੰਗਣਾ ਨੇ ਲੋਕਾਂ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਉਹਨੂੰ ਹੋਰ ਸੂਬਿਆਂ 'ਚ ਪ੍ਰਚਾਰ ਲਈ ਜਾਣਾ ਹੋਏਗਾ ਅਤੇ ਇੱਥੋਂ ਦੀ ਜ਼ਿੰਮੇਵਾਰੀ ਲੋਕਾਂ ਦੀ ਹੋਏਗੀ। ਪਿਛਲੇ ਦਿਨੀ ਰੋਡ ਸ਼ੋਅ ਤੋਂ ਕੰਗਣਾ ਨੇ ਚੋਣ ਮੁਹਿੰਮ ਦੀ ਸ਼ੁਰੂਆਤ। ਅੱਤਵਾਦੀ ਗੁਰਪਤਵੰਤ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਅਮਰੀਕੀ ਰਾਜਦੂਤ ਐਰਿਕ ਗਾਸੇਟੀ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਭਾਰਤ ਅਤੇ ਅਮਰੀਕਾ ਮਿਲ ਕੇ ਜਾਂਚ ਕਰ ਰਹੇ ਨੇ, ਦੋਵੇਂ ਦੇਸ਼ਾਂ 'ਚੋਂ ਕਿਸੇ ਨੂੰ ਰੈੱਡ ਲਾਈਨ ਪਾਰ ਨਹੀਂ ਕਰਨੀ ਚਾਹੀਦੀ। ਕਿਸੇ ਦੇਸ਼ ਦਾ ਸਰਕਾਰੀ ਕਰਮਚਾਰੀ ਦੂਜੇ ਦੇਸ਼ ਦੇ ਨਾਗਰਿਕ ਦੇ ਕਤਲ 'ਚ ਸ਼ਾਮਲ ਨਹੀਂ ਹੋ ਸਕਦਾ। ਉਹਨਾਂ ਇਹ ਵੀ ਕਿਹਾ ਕਿ ਦੋਵੇਂ ਦੇਸ਼ਾਂ ਦਾ ਮਿਲ ਕੇ ਕੰਮ ਕਰਨਾ ਦਰਸਾਉਂਦਾ ਹੈ ਕਿ ਭਾਰਤ ਅਮਰੀਕਾ ਦੇ ਸੰਬੰਧ ਕਿੰਨੇ ਮਜ਼ਬੂਤ ਹਨ। ਹਿਮਾਚਲ ਦੇ ਮੰਡੀ 'ਚ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਕਾਰ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਘਟਨਾ ਮੰਡੀ ਦੇ ਨੇਰ ਚੌਂਕ ਬਾਜ਼ਾਰ ਦੇ ਵਿੱਚ ਵਾਪਰੀ। ਸੜਕ 'ਤੇ ਚੱਲ ਰਹੇ 24 ਸਾਲਾ ਨੌਜਵਾਨ ਨੂੰ ਸਾਹਮਣੇ ਆ ਰਹੀ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਕਈ ਮੀਟਰ ਦੂਰ ਤੱਕ ਉੱਛ ਲਿਆ। ਪੁਲਿਸ ਨੇ ਕਾਰਵਾਈ ਕਰਦਿਆਂ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ। ਹਾਦਸੇ ਦੀਆਂ CCTV ਤਸਵੀਰਾਂ ਸਾਹਮਣੇ। ਲੁਧਿਆਣਾ ਦੇ ਰੂਪਨਗਰ 'ਚ ਇੱਕ ਦੁਕਾਨ ਦੇ ਬਾਹਰ ਕੁਝ ਬਦਮਾਸ਼ਾਂ ਨੇ ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਦਮਾਸ਼ ਸਮਾਨ ਦੇ ਪੈਸਿਆਂ ਨੂੰ ਲੈ ਕੇ ਦੁਕਾਨਦਾਰ ਨਾਲ ਬਹਿਸ ਰਹੇ ਸੀ। ਮਾਮਲੇ ਨੂੰ ਸੁਲਝਾਉਣ ਗਏ ਨੌਜਵਾਨ ਦੇ ਸਿਰ 'ਤੇ ਬਦਮਾਸ਼ਾਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ, ਮੌਕੇ ਤੋਂ ਫਰਾਰ ਹੋ ਗਏ। ਪੀੜ੍ਹੀ ਦਾ ਪਰਿਵਾਰ ਜਦੋਂ ਬਦਮਾਸ਼ਾਂ ਦੇ ਘਰ ਸ਼ਿਕਾਇਤ ਕਰਨ ਲਈ ਗਿਆ ਤਾਂ ਉਹਨਾਂ 'ਤੇ ਵੀ ਹਮਲਾ ਕਰ ਦਿੱਤਾ।
ਬੀਤੇ ਦਿਨੀ ਅਬੋਹਰ ਚ ਕਾੜਤੀਏ ਦੇ ਘਰ ਚ ਵੜ ਕੇ ਦਿਨ ਦਿਹਾੜੇ ਬਜ਼ੁਰਗ ਮਹਿਲਾ ਤੇ ਹਮਲਾ ਕਰਕੇ ਲੁੱਟ ਦੀ ਵਾਰਦਾਤ ਦੇ ਮਾਮਲੇ ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ। ਹਮਲਾ ਕਰਨ ਵਾਲਾ ਆੜਤੀਏ ਦਾ ਮੁਨੀਮ ਹੀ ਨਿਕਲਿਆ, ਜੋ ਕਿ ਤਨਖਾਹ ਨਾ ਵਧਾਉਣ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਸੀ। ਮੁਨੀਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ 3 ਮਹੀਨੇ ਤੱਕ ਰੈਕੀ ਕੀਤੀ ਤੇ ਵਾਰਦਾਤ ਹੋਣ ਜਾ ਫਤਿਹਾਬਾਦ ਦੇ ਖੇਮਾ ਖਾਤੀ ਰੋਡ ਤੇ ਚੋਰਾਂ ਨੇ ਇੱਕ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ। ਦਿਨ ਦਿਹਾੜੇ ਮੈਡੀਕਲ ਸਟੋਰ ਦਾ ਸ਼ੀਸ਼ੇ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ। 80,000 ਦੀ ਨਕਦੀ ਲੈ ਕੇ ਫਰਾਰ ਹੋ ਗਏ। ਚੋਰੀ ਦੀ ਵਾਰਦਾਤ ਸਟੋਰ ਦੇ ਅੰਦਰ ਲੱਗੇ CCTV ਚ ਕੈਦ ਹੋ ਗਈ। ਜਦੋਂ ਸ਼ਾਮ ਦੇ ਸਮੇਂ ਸਟੋਰ ਮਾਲਕ ਆਇਆ ਤਾਂ ਚੋਰੀ ਦੀ ਘਟਨਾ ਦਾ ਪਤਾ ਲੱਗਿਆ। ਪੁਲਿਸ ਚੋਰਾਂ ਦੀ ਭਾਲ। ਜਗਰਾਓ ਨੇੜੇ ਪਿੰਡ ਮਣਿਆਣੀ ਚ 6 ਠੱਗਾਂ ਨੇ ਕੈਨਰਾਈ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਇਆ। ਘਰ ਚ ਸੁੱਖ ਸ਼ਾਂਤੀ ਦੇ ਨਾਮ ਤੇ ਪਾਠ ਤੇ ਬਹਾਨੇ ਲੁਟੇਰਿਆਂ ਨੇ ਮਹਿਲਾ ਨੂੰ ਬੇਹੋਸ਼ ਕਰਕੇ ਘਰ ਚੋਂ 20 ਤੋਲੇ ਸੋਨਾ ਤੇ 10 ਲੱਖ ਦੀ ਲੁੱਟ ਕੀਤੀ। ਮਾਮਲੇ ਚ ਕਾਰਵਾਈ ਕਰਦਿਆਂ ਜਗਰਾਓ ਪੁਲਿਸ ਨੇ 2 ਠੱਗਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਠੱਗ ਬਹੁਤ ਸ਼ਾਤਰ ਨੇ, ਜੋ ਪਹਿਲਾਂ ਲੋਕਾਂ ਨੂੰ ਘਰ ਚ ਕੁਝ ਮਾੜਾ ਹੋਣ ਦਾ ਕਹਿ ਕੇ ਡਰਾਉਂਦੇ ਨੇ ਤੇ ਫਿਰ ਹਿਪਨੋਟਾਈਜ਼ ਕਰਕੇ ਲੁੱਟਦੇ। ਅੰਮ੍ਰਿਤਸਰ ਦੇ ਪਿੰਡ ਬਡਾਲਾ ਚ ਦਿਨ ਦਿਹਾੜੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ਵੇਲੇ ਸ਼ਰੇਆਮ ਗੋਲੀਆਂ ਚਲਾਈਆਂ ਜਦੋਂ ਪਰਿਵਾਰ ਸਣੇ ਟਰੈਕਟਰ ਟਰਾਲੀ ਤੇ ਅਨੰਦਪੁਰ ਸਾਹਿਬ ਜਾ ਰਹੇ ਸੀ। ਤਰਨ ਤਾਰਨ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 35 ਸਾਲ ਦੇ ਜੱਜਵੀਰ ਸਿੰਘ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਹੀਰਾ ਨਾਮ ਦੇ ਸ਼ਖਸ ਵੱਲੋਂ ਪਹਿਲਾਂ ਤੋਂ ਉਸਨੂੰ ਧਮਕੀਆਂ ਮਿਲ ਰਹੀਆਂ ਸੀ। ਪੀੜਿਤ ਪਰਿਵਾਰ ਨੇ ਇਨਸਾਫ਼ ਦੀ ਮੰਗ। ਅਨੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਹੀਰਪੁਰ ਚ ਫੌਜੀ ਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰ ਮੁਤਾਬਕ ਉਹਨਾਂ ਨੂੰ 24 ਮਾਰਚ ਨੂੰ ਆਰਮੀ ਯੂਨਿਟ ਤੋਂ ਫੋਨ ਕਰਕੇ ਉਹਨਾਂ ਦੇ ਪੁੱਤਰ ਵੱਲੋਂ ਖੁਦਕੁਸ਼ੀ ਦੀ ਜਾਣਕਾਰੀ ਦਿੱਤੀ ਗਈ ਸੀ, ਪਰ ਪਰਿਵਾਰ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿ ਉਹਨਾਂ ਦੇ ਪੁੱਤਰ ਨੇ ਖੁਦਕੁਸ਼ੀ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਨਾ ਤਾਂ ਖੁਦਕੁਸ਼ੀ ਦਾ ਕੋਈ ਸਬੂਤ ਮਿਲਿਆ, ਨਾ ਹੀ ਕਾਰਨਾਂ ਦਾ ਪਤਾ ਚੱਲਿਆ। ਨੰਗਲ ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੁੱਕੜ ਮੀਟਿੰਗਾਂ ਕਰਨ ਪਹੁੰਚੇ, ਜੋ ਵਰਕਰਾਂ ਵੱਲੋਂ ਰੱਖੀ ਗਈ ਸੀ। ਡਾਕਟਰ ਚੀਮਾ ਨੇ ਕਿਹਾ ਕਿ ਸਾਰੇ ਹਲਕਾ ਇੰਚਾਰਜ ਆਪੋ ਆਪਣੇ ਹਲਕਿਆਂ 'ਚ ਜਾ ਕੇ ਲੋਕਾਂ ਨਾਲ ਵਿਚਰ ਰਹੇ ਨੇ। ਡਾਕਟਰ ਦਲਜੀਤ ਚੀਮਾ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦੀਆਂ ਚਰਚਾਵਾਂ ਨੇ। ਉਹਨਾਂ ਕਿਹਾ ਕਿ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ, ਇੱਕ ਵਾਰ ਫਿਰ ਲੋਕ ਜਿਤਾ ਕੇ ਪੰਜਾਬ ਦੀ ਨੁਮਾਇੰਦਗੀ ਕਰਨ ਦੇ ਲਈ ਲੋਕ ਸਭਾ 'ਚ ਭੇਜਣ। ਪੰਜਾਬ ਭਰ 'ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ, ਪਰ ਮੌਸਮ 'ਚ ਨਮੀ ਦੀ ਵਜ੍ਹਾ ਕਰਕੇ ਕਣਕਾਂ ਹਜੇ ਪੂਰੀ ਤਰ੍ਹਾਂ ਪੱਕ ਕੇ ਤਿਆਰ ਨਹੀਂ ਹੋਈਆਂ, ਜਿਸ ਕਰਕੇ ਸੂਬੇ ਦੀਆਂ ਸਾਰੀਆਂ ਮੰਡੀਆਂ ਸੁੰਨਸਾਨ ਹੀ ਨਜ਼ਰ ਆਈਆਂ। ਤਾਂ ਦੂਜੇ ਪਾਸੇ ਮੰਡੀ ਮਾਰਕੀਟ ਕਮੇਟੀ ਮੁਤਾਬਕ ਸਾਰੀਆਂ ਤਿਆਰੀਆਂ ਮੁਕੰਮਲ ਨੇ, ਪਰ ਹਾਲੇ 10 ਦਿਨ ਫਸਲਾਂ ਦੇ ਮੰਡੀ 'ਚ ਪਹੁੰਚਣ ਦੀ ਉਮੀਦ ਨਹੀਂ। ਫੈਡਰੇਸ਼ਨ ਆਫ ਭਾਰਤੀ ਐਸੋਸੀਏਸ਼ਨ ਪੰਜਾਬ ਦੇ ਸਕੱਤਰ ਨੇ ਦੱਸਿਆ ਕਿ ਏਜੰਸੀਆਂ ਦੀ ਸਭ ਤੋਂ ਵੱਡੀ ਅਨਾਜ ਮੰਡੀ 'ਚ ਆਉਣ ਵਾਲੇ ਦਿਨਾਂ 'ਚ ਬੰਪਰ ਆਮਦ ਹੋਣ ਦੀ ਉਮੀਦ ਹੈ।